ਅਤੇ ਕੁੜੀ ਨੂੰ ਬਹੁਤ ਤੰਗ ਪਰੇਸ਼ਾਨ ਕੀਤਾ ਜਾਂਦਾ ਸੀ। ਪਹਿਲਾਂ ਵੀ ਕੁੜੀ ਨੂੰ, ਮੈਂ ਕੁੜੀ ਦਾ ਜੀਜਾ ਜੀ, ਫੋਨ ਕਰਕੇ ਸਾਨੂੰ ਦੱਸਿਆ ਜਾਂਦਾ ਸੀ, ਪਰ ਅਸੀਂ ਸਾਡੇ ਪਰਿਵਾਰ ਸਾਰੇ ਨੇ ਇਹੀ ਕੋਸ਼ਿਸ਼ ਕੀਤੀ ਕਿ ਪਰਿਵਾਰ ਵੱਸ ਜਾਵੇ। ਫੌਜੀ ਪਰ ਜੋ ਇਹਦਾ ਘਰ ਵਾਲਾ ਭਾਰਤੀ ਫੌਜ ਦੇ ਵਿੱਚ ਨੌਕਰੀ ਕਰਦਾ, ਉਹਦੇ ਪਾਸੋਂ ਵੀ ਇਹਨੂੰ ਪਰੇਸ਼ਾਨ ਕੀਤਾ ਜਾਂਦਾ ਸੀ ਅਤੇ ਮਾਂ ਪਾਸੋਂ ਤੇ ਇਹਨੂੰ ਬਹੁਤ ਜ਼ਿਆਦਾ ਪਰੇਸ਼ਾਨ ਕੀਤਾ ਜਾਂਦਾ। ਅੱਜ ਦੀ ਜੋ ਘਟਨਾ ਹੋਈ ਆ, ਜਦੋਂ ਸਾਡਾ ਮੁੰਡਾ ਆਕਾਸ਼ ਮੌਕੇ ਤੇ ਪਹੁੰਚਿਆ ਤੇ ਉਹਨੇ ਜਾ ਕੇ ਦੇਖਿਆ ਵੀ ਲੜਕੀ ਬਹੁਤ ਪਰੇਸ਼ਾਨ ਸੀ, ਉਹਨ ਮੌਕੇ ਤੇ ਜਾ ਕੇ ਜਦੋਂ ਪਹੁੰਚਿਆ ਤੇ ਦਰਵਾਜ਼ਾ ਖੁੱਲ੍ਹਾ ਸੀ, ਲੜਕੀ ਫਾਇਆ ਲੈ ਕੇ ਲੜਕੀ ਹੋਈ ਸੀ। ਤੇ ਜਦੋਂ ਅਸੀਂ ਜਿੰਨੇ ਚਿਰ ਚ ਪਹੁੰਚੇ, ਉਹਨਾਂ ਨੂੰ ਇਹਦੀ ਮੰਮੀ ਕਿਸੇ ਪ੍ਰਾਈਵੇਟ ਹਸਪੀਟਲ ਦੇ ਗੇਟ ਦੇ ਅੱਗੇ ਲੈ ਕੇ ਉਹਨੂੰ ਖੜੀ ਹੋਈ ਸੀ। ਸਾਨੂੰ ਨਹੀਂ ਪਤਾ ਵੀ ਅੰਦਰ ਦਾ ਉਹਨੂੰ ਚੈੱਕ ਕਰਵਾਇਆ ਇਹਨੇ ਮੌਕੇ ਤੇ ਜਾਂ ਨਹੀਂ, ਜਾਂ ਗੱਡੀ ਚ ਕੀ ਹੋਇਆ ਜਾਂ ਕੀ ਨਹੀਂ। ਜਿੰਨੇ ਨੂੰ ਅਸੀਂ ਪਹੁੰਚੇ ਆ ਮੈਡੀਕਲ ਲੈ ਕੇ ਆਏ ਆ, ਸਾਡੀ ਲੜਕੀ ਖਤਮ ਸੀ ਉਦੋਂ। ਇਹ ਕਿੰਨੇ ਚਿਰ ਹੋ ਗਿਆ ਹੋਏ ਨੂੰ? ਇਹ ਜਨਵਰੀ ਦੇ ਵਿੱਚ ਵਿਆਹ 10 ਕੁ ਮਹੀਨੇ ਦੇ ਦਸ ਕਰੀਬ ਹੋ ਮਹੀਨੇ ਗਏ ਹੋ ਜੀ। ਗਏ, ਪਹਿਲਾਂ ਵੀ ਝਗੜੇ ਝੁਗੜੇ ਹੁੰਦਾ ਸੀ? ਪਹਿਲਾਂ ਝਗੜੇ ਹੁੰਦੇ ਸੀ, ਸਮਝਾਇਆ ਸੀ ਬਹੁਤ ਵਾਰ, ਪਰ ਉਹ ਹੀ ਇਹੀ ਗੱਲ ਕਰਦੀ ਰਹਿੰਦੀ ਸੀ ਕਿ ਮੈਂ ਬਹੁਤ ਪਰੇਸ਼ਾਨ ਆ, ਮੈਨੂੰ ਬਹੁਤ ਤੰਗ ਕਰਦੇ। ਅਸੀਂ ਤਾਂ ਇਹੀ ਮੰਗ ਕਰਦਾ ਸੀ ਸਾਰਾ ਪਰਿਵਾਰ ਕਿ ਤੂੰ ਆਪਣਾ ਪਰਿਵਾਰ ਜਿਹੜਾ ਤੇਰਾ ਵਾਸਤਾ ਵਾਸਤਾ ਰਹੇ। ਕਿਸ ਗੱਲ ਨੂੰ ਲੈ ਕੇ ਤੰਗ ਕਰਦੇ? ਇਹ ਦਾਜ ਦਹੇਜ ਦਾ ਵੀ ਚੱਲਦਾ ਸੀ, ਲੜਕੇ ਦੇ ਨਜਾਇਜ਼ ਸੰਬੰਧ ਵੀ ਹੈਗੇ ਸੀ, ਕੁੜੀ ਨੇ ਫੋਨ 'ਚ ਫੋਟੋਆਂ ਵੀ ਵੇਖੀਆਂ, ਕੋਈ ਹੋਰ ਸਮਾਨ ਵਗੈਰਾ ਵੀ ਵੇਖਿਆ ਜੋ ਕਿ ਸਾਰੀ ਮੀਡੀਆ ਦੇ ਵਿੱਚ ਨਹੀਂ ਦੱਸਿਆ ਜਾ ਸਕਦਾ। ਇਸ ਗੱਲ ਨੂੰ ਲੈ ਕੇ ਪਰੇਸ਼ਾਨ ਰਹਿੰਦੀ ਸੀ, ਕਾਫੀ ਡਿਪਰੈਸ਼ਨ 'ਚ ਰਹਿੰਦੀ ਸੀ। ਲੜਕੀ ਪ੍ਰੈਗਨੈਂਟ ਵੀ ਸੀ? ਲੜਕੀ ਜੀ 4 ਮਹੀਨੇ ਤੋਂ ਪ੍ਰੈਗਨੈਂਟ ਸੀ ਜੀ। ਤੇ ਹਾਂਜੀ, ਕੋਈ ਕੀਤੀ ਕਾਰਵਾਈ ਪੁਲਿਸ ਨੇ? ਪੁਲਿਸ ਨੇ ਜੀ ਰਾਤੀ ਮੁਕੱਦਮਾ ਬਿਆਨ ਲੈ ਕੇ ਮੁੰਡੇ ਦੇ ਮੁਕੱਦਮਾ 304 ਦਾ ਕਹਿੰਦੇ ਆ ਦਰਜ ਕਰਤਾ। ਸਾਨੂੰ 9 ਵਜੇ ਦਾ ਟਾਈਮ ਦਿੱਤਾ ਸੀ ਕਿ ਪੋਸਟਮਾਰਟਮ ਲਈ ਤੁਹਾਨੂੰ ਲਾਸ਼ ਦਿੱਤੀ ਜਾਏਗੀ। ਅੱਧਾ ਪਰਿਵਾਰ ਸਾਡਾ ਉੱਥੇ ਬੈਠਾ ਜੀ, ਅੱਧਾ ਇੱਥੇ ਬੈਠਾ, ਤੇ ਸਾਨੂੰ ਅਜੇ ਤੱਕ ਲਾਸ਼ ਨਹੀਂ ਦਿੱਤੀ ਗਈ। ਇੱਕ ਘਟਨਾ ਹੀ 10 ਮਹੀਨੇ ਪਹਿਲਾਂ ਵਿਆਹ ਕੀਤਾ ਸੀਗਾ, ਡੋੜ ਪਿੰਡ, ਹਸਬੈਂਡ ਫੌਜੀ ਸੀਗਾ ਜੀ। ਉਹ ਪਰੇਸ਼ਾਨ ਸ਼ੁਰੂ ਤੋਂ ਕਰਦੇ ਸੀ, ਕਦੇ ਪੈਸਾ, ਕਦੇ ਕੁੱਟਮਾਰ, ਹੋਰ ਕਈ ਗੱਲਾਂ, ਨਜਾਇਜ਼ ਸੰਬੰਧ ਬਾਹਰ ਔਰਤਾਂ ਨਾਲ। ਸੋ ਇਹ ਕਈ ਵਾਰੀ ਸਮਝਾ ਕੇ ਵੀ ਆਏ ਵੀ ਭਾਈ ਇਸ ਕੁੜੀ ਨਾ ਤੰਗ ਕਰੋ, ਪਰੇਸ਼ਾਨ ਕਰੋ, ਹੈ ਨਾ, ਪਰ ਉਹ ਨਹੀਂ ਕੰਮ ਬਣਿਆ ਇਹਨਾਂ ਦਾ। ਮੁੰਡਾ ਕੀ ਕੰਮ ਕਰਦਾ ਸੀਗਾ? ਮੁੰਡਾ ਆਰਮੀ ਸੀਗਾ ਜੀ। ਕਦੋਂ ਵਾਪਰੀ ਘਟਨਾ ਹੈ? ਇਹ ਘਟਨਾ ਕੱਲ ਦੀ ਹੈ ਜੀ। ਤੁਹਾਨੂੰ ਕਿਹਨੇ ਦੱਸਿਆ ਸੀਗਾ? ਸਾਨੂੰ ਫੋਨ ਰਾਹੀਂ ਪਹਿਲਾਂ ਸੂਚਨਾ ਮਿਲੀ, ਮੁੰਡਾ ਸਾਡਾ ਇੱਕ ਉੱਥੇ ਪਹੁੰਚਿਆ ਸੀਗਾ ਪਹਿਲਾਂ, ਦੀਜਾ ਸਾਡਾ। ਉਸ ਤੋਂ ਬਾਅਦ ਸਾਨੂੰ ਫੋਨ ਰਾਹੀਂ ਸੂਚਨਾ ਮਿਲੀ ਵੀ ਆਹ ਗੱਲ ਹੋ ਗਈ। ਤੁਹਾਨੂੰ ਪਹਿਲਾਂ ਵੀ ਸ਼ੱਕ ਸੀ ਇਸਦੇ ਕਿ ਕਰਦੇ ਆ? ਕੁੱਟਮਾਰ ਕਰਦੇ ਸੀ ਅਕਸਰ ਜੀ, ਇੱਥੇ ਆਉਂਦੀ ਰਹਿੰਦੀ ਸੀ ਕੁੜੀ। ਕੀ ਮੰਗ ਕੀ ਹੈ ਹੁਣ? ਇਨਸਾਫ ਚਾਹੀਦਾ ਜੀ, ਜਿਹੜੇ ਦੋਸ਼ੀ ਇਹਨਾਂ ਨੂੰ ਪੂਰੀ ਸਜ਼ਾ ਮਿਲਣੀ ਚਾਹੀਦੀ ਹੈ। ਜੋ ਹੋਇਆ ਬਹੁਤ ਗਲਤ ਹੋਇਆ ਸਾਡੇ ਨਾਲ, ਇਨਸਾਫ ਦੀ ਮੰਗ। ਕੀ ਰਜਿਸਟਰ ਕੀਤੀ ਹੈ ਥਾਣਾ ਸਾਦਕ ਦੇ ਵਿੱਚ, 304B ਦੇ ਵਿੱਚ, ਡੋਰੀ ਡੈਥ ਦੇ ਵਿੱਚ। ਸਲਮਾ ਨਾਮ ਦੀ ਲੜਕੀ ਦੋੜ ਪਿੰਡ ਵਿਆਹੀ ਹੋਈ ਸੀਗੀ, ਵਿਆਹ ਨੂੰ ਕਰੀਬ 10-11 ਮਹੀਨੇ ਹੋ ਗਏ ਸੀਗੇ। ਤੇ ਕੱਲ ਉਹਨੇ ਲੜਕੀ ਨੇ ਆਪਦੇ ਸਹੁਰਿਆਂ ਤੋਂ ਤੰਗ ਪਰੇਸ਼ਾਨ ਹੋ ਕੇ ਉਹਨੇ ਆਤਮ ਹੱਤਿਆ ਕਰ ਲਈ ਸੀਗੀ, ਆਪਣੇ ਘਰ ਦੇ ਵਿੱਚ ਹੀ, ਸਹੁਰੇ ਘਰ ਦੇ ਵਿੱਚ ਹੀ ਫਾਇਆ ਲੈ ਕੇ ਆਤਮ ਹੱਤਿਆ ਕਰ ਲਈ ਸੀਗੀ। ਉਹਦੇ ਬ੍ਰਦਰ ਦੇ ਬਿਆਨ ਤੇ ਪਰਚਾ 2 ਜਣਿਆਂ ਦੇ ਖਿਲਾਫ ਦਰਜ ਕਰ ਲਿਆ, ਉਹਦੇ ਪਤੀ ਦੇ ਖਿਲਾਫ ਜਸ਼ਨਪ੍ਰੀਤ ਸਿੰਘ ਤੇ ਉਹਦੀ ਸੱਸ ਦੇ ਖਿਲਾਫ ਅਮਰਜੀਤ ਕੌਰ ਦੇ, ਅਮਰਜੀਤ ਕੌਰ ਦੀ ਗ੍ਰਿਫਤਾਰੀ ਕਰ ਲਈ ਗਈ ਹੈ। ਜਲਦੀ ਦੂਸਰੇ ਦੋਸ਼ੀ ਦੀ ਵੀ ਗ੍ਰਿਫਤਾਰੀ ਕਰ